7 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਹੋਈ ਮੌਤ। ਦਰਦਨਾਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਗਈ ਜਾਨ। ਪੁੱਤ ਨੂੰ ਆਖਰੀ ਵਾਰ ਵੇਖਣ ਲਈ ਉਡੀਕ ਰਹੇ ਨੇ ਮਾਪੇ। ਦੱਸਦੇ ਕਿ ਪੰਜਾਬ ਤੋਂ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ, ਪਰ ਇਸੇ ਦੌਰਾਨ ਵਿਦੇਸ਼ੀ ਧਰਤੀ 'ਤੇ ਕੁਝ ਅਜਿਹੀਆਂ ਅਣਸੁਖਾਵੀਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਅਤੇ ਹੰਝੂ ਵੇਖ ਕੇ ਆਪਣੇ ਆਪ ਨੂੰ ਭਾਵੁਕ ਹੋਣ ਤੋਂ ਰੋਕਣਾ ਬੇਹੱਦ ਮੁਸ਼ਕਿਲ ਹੋ ਜਾਂਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ 27 ਸਾਲਾ ਨੌਜਵਾਨ ਜੋ ਕਿ ਕਰੀਬ 7 ਮਹੀਨੇ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ, ਪਰ ਇਸੇ ਦੌਰਾਨ ਇੱਕ ਸੜਕ ਹਾਦਸੇ ਦੇ ਵਿੱਚ ਇਸਦੀ ਜਾਨ ਚਲੀ ਜਾਂਦੀ ਹੈ। ਦੱਸਦੇ ਕਿ ਨੌਜਵਾਨ ਦਾ ਨਾਮ ਗੁਰਜੰਟ ਸਿੰਘ ਹੈ ਅਤੇ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਗੁਰਜੰਟ ਸਿੰਘ ਕੁਝ ਸਾਲ ਪਹਿਲਾਂ ਕੰਮਕਾਜ ਦੇ ਲਈ ਸਿੰਗਾਪੁਰ ਗਿਆ ਸੀ ਅਤੇ ਉਸ ਤੋਂ ਬਾਅਦ ਕਰੀਬ 7 ਮਹੀਨੇ ਪਹਿਲਾਂ ਉਹ ਸਿੰਗਾਪੁਰ ਤੋਂ ਵਰਕ ਪਰਮਿਟ ਦੇ ਉੱਤੇ ਕੈਨੇਡਾ ਚਲਾ ਗਿਆ। ਉਹਨਾਂ ਦੱਸਿਆ ਕਿ ਬੀਤੇ ਦਿਨੀ ਗੁਰਜੰਟ ਸਿੰਘ ਆਪਣੇ ਦੋ ਸਾਥੀਆਂ ਨਾਲ ਕਿਸੇ ਕੰਮ ਨੂੰ ਲੈ ਕੇ ਜਾ ਰਿਹਾ ਸੀ ਤਾਂ ਇਸੇ ਦੌਰਾਨ ਕੈਨੇਡਾ ਦੇ ਵਿੱਚ ਵਾਪਰੇ ਸੜਕ ਹਾਦਸੇ ਦੇ ਵਿੱਚ ਇਸਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਹੁਣ ਪੰਜਾਬ ਅਤੇ ਭਾਰਤ ਸਰਕਾਰ ਨੂੰ ਇਸ ਸੰਬੰਧੀ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤ ਨੂੰ ਅੰਤਿਮ ਵਾਰ ਦੇਖ ਕੇ ਉਸਦਾ ਅੰਤਿਮ ਸੰਸਕਾਰ ਕਰ ਸਕਣ। ਤਾਂ ਦੱਸ ਦਈਏ ਕਿ ਬੇਹੱਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਾਬਾ ਬਕਾਲਾ ਦੇ ਪਿੰਡ ਤੋਂ ਜਿੱਥੇ ਇੱਕ ਨੌਜਵਾਨ ਰੋਜ਼ੀ ਰੋਟੀ ਦੇ ਲਈ ਵਿਦੇਸ਼ ਗਿਆ ਸੀ ਪਰ ਇੱਕ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਆਪਣੇ ਪੁੱਤ ਨੂੰ ਆਖਰੀ ਵਾਰ ਵੇਖਣ ਲਈ ਪੰਜਾਬ ਅਤੇ ਭਾਰਤ ਸਰਕਾਰ ਕੋਲ ਮਦਦ ਦੀ ਗੁਹਾਰ ਲਗਾ ਰਹੇ ਨੇ ਤਾਂ ਜੋ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਅਤੇ ਅੰਤਿਮ ਰਸਮਾਂ ਦੇ ਨਾਲ ਉਸ ਨੂੰ ਆਖਰੀ ਵਿਦਾਈ ਦੇ ਸਕਣ। ਸਤਾਰਾਂ ਜਨਵਰੀ ਦਾ ਜਿਹੜਾ ਦਿਨ ਆ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨਹੂਸ ਦਿਨ ਸੀ। ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ ਜੋ ਕਿ ਬਹੁਤ ਹੀ ਮਿਲਣਸਾਰ ਨਿਤਨੇਮੀ ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ, ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਘਾਪੁਰ ਥਾਣੀ ਅਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂਹ ਸਾਡੇ ਤੋਂ ਵਿਛੜ ਗਈ ਹੈ। ਬਹੁਤ ਪਿਆਰੀ ਰੂਹ ਸੀ ਉਹ, ਸਾਡਾ ਪੂਰਾ ਇਲਾਕਾ ਜਿਹੜਾ ਉਹ ਸੁਗਮਈ ਆ ਅਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈੱਡ ਬੋਡੀ ਲੈਣ ਲਈ ਸਮੁੱਚਾ ਇਲਾਕਾ ਅਤੇ ਸਾਰੇ ਸੰਘਰਸ਼ ਕਰ ਰਹੇ ਹਾਂ ਅਤੇ ਬਾਹਰ ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਿੰਮ ਵਿੱਢੀ ਗਈ ਆਪਾਂ ਵੀ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲ ਫੁੱਲ ਆ ਜਿੱਦਾਂ ਵੀ ਆ ਆਪਾਂ ਉਸਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਉਹ ਗੁਰਜੰਟ ਦੀ ਲੈ ਕੇ ਆਉਣੀ ਆ ਅਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆ ਵੱਧ ਚੜ੍ਹ ਕੇ ਸਰਬ ਬਾਕੀ ਇਸ ਪਰਿਵਾਰ ਇਹ ਤੁਹਾਨੂੰ ਵੀ ਪਤਾ ਵਾ ਪੰਜਾਬ ਦੇ ਪੁੱਤ ਕਿਤਰਾਂ ਕਰਜ਼ਾਈ ਹੋ ਕੇ ਕਿਤਰਾਂ ਔਖੇ ਹੋ ਕੇ ਜਿਹੜੇ ਆ ਉਹ ਜਾ ਰਹੇ ਵਿਦੇਸ਼ਾਂ ਦੇ ਵਿੱਚ ਪਰ ਕੁਦਰਤ ਨੂੰ ਹੋਰ ਮਨਜ਼ੂਰ ਆ। ਸਾਡੇ ਪਿੰਡ ਦਾ ਪਹਿਲਾਂ ਵੀ ਇੱਕ ਨੌਜਵਾਨ ਅਵਤਾਰ ਸਿੰਘ ਆਪਾਂ ਇਸੇ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਪਰਿਵਾਰ 'ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ, ਮੂੰਹ ਤਾਂ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ 4-5 ਸਾਲ ਪਹਿਲਾਂ ਸਿੰਘਾਪੁਰ ਵੀ ਰਿਹਾ ਅਤੇ ਬਾਕੀ ਸਾਰੇ ਡੋਨੇਟਰਾਂ ਨੂੰ ਜਿੰਨੇ ਵੀ ਰਦਾਨੀ ਸੱਜਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਵਾ ਨਾ ਇਹ ਆਪਾਂ ਪਰਿਵਾਰ ਦੀ ਮਦਦ ਕਰਨੀ ਆ ਅਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਉਹ ਤੱਤਪਰ ਹੁਣ ਜਿੰਨੀ ਵੀ ਜਲਦੀ ਹੋ ਗਏ ਇਹ ਸਾਡੇ ਛੋਟੇ ਵੀਰ ਛੋਟੇ ਭਰਾ ਗੁਰਜੰਟ ਦੀ ਜਿਹੜੀ ਉਹ ਡੈੱਡ ਬੋਡੀ ਲੈ ਸਕੇ ਤਾਂ ਕਿ ਮਾਪੇ ਅਤੇ ਜਾਂ ਇਲਾਕਾ ਸਾਰਾ ਉਹਦੇ ਆਖਰੀ ਦਰਸ਼ਨ ਕਰ ਸਕਣ।
ਉਹ ਤਾਂ ਜੋ ਮਹਾਰਾਜ ਨੇ ਕਰਨਾ ਉਹ ਤਾਂ ਹੋ ਗਿਆ, ਹੁਣ ਇਹੀ ਆ ਕਿ ਸਾਡੇ ਭਰਾ ਦੀ ਡੈੱਡ ਬੋਡੀ ਇੱਥੇ ਪੰਜਾਬ ਲਿਆਂਦੀ ਜਾਵੇ ਜਲਦੀ ਤੋਂ ਜਲਦੀ, ਜਿਹੜੀ ਵੀ ਸਰਕਾਰ ਗੜੀ ਅਪੀਲ ਆ ਕਿ ਛੇਤੀ ਤੋਂ ਛੇਤੀ ਜੋ ਵੀ ਹੋ ਸਕਦਾ ਉਹਨਾਂ ਦੀ ਬੋਡੀ ਇੱਥੇ ਆਵੇ ਅਤੇ ਸਾਡੀ ਮਦਦ ਕੀਤੀ ਜਾਵੇ। ਕਿੰਨਾ ਕੁ ਜਿਹੜਾ ਹੈਗਾ ਵਾ ਦੇਰ ਹੋ ਗਈ ਸੀਗੀ ਨੌਜਵਾਨ ਨੂੰ ਗਿਆ, ਔਰ ਕਿੰਨਾ ਕੁ ਖਰਚਾ ਜਿਹੜਾ ਹੈਗਾ ਉਹਦਾ, ਚਲੋ ਜੋ ਵੀ ਸੀਗਾ ਉਹ ਖਰਚੇ ਖੁਰਚੇ ਤੋਂ ਅਜਿਹੀ ਗੱਲ ਨੂੰ ਸਾਹਮਣੇ? ਹਾਂਜੀ ਵੇਖੋ ਲਾ ਕੇ ਗਏ ਆ, ਕਰਜ਼ਾ ਤਾਂ ਕਾਫੀ ਹੁੰਦਾ ਅਤੇ ਬਾਕੀ 7 ਕੁ ਮਹੀਨੇ ਆਏ ਸੀ ਉਹਨੂੰ ਗਏ ਨੂੰ ਕਨੇਡਾ, ਪਹਿਲਾਂ ਸਿੰਗਾਪੁਰ ਮਤਲਬ ਗਿਆ ਸੀ ਪਹਿਲਾਂ ਉੱਥੋਂ, ਮਤਲਬ 7 ਕੁ ਮਹੀਨੇ ਹੋਏ ਸੀ ਉਹਨੂੰ ਕਨੇਡਾ ਗਏ ਨੂੰ। ਪਰਿਵਾਰਕ ਤੌਰ ਦੇ ਉੱਤੇ ਕੋਈ ਆਰਥਿਕ ਪੱਖੋਂ ਕੁਛ ਕਹਿਣਾ ਚਾਹੁੰਦੇ ਤੁਸੀਂ ਜਾਂ ਕਿਸ ਤਰ੍ਹਾਂ ਦੇ ਹਾਲਾਤ ਹੈ? ਹਾਂਜੀ ਉਹ ਤਾਂ ਵੱਧ ਤੋਂ ਵੱਧ ਜਿੰਨੀ ਮਦਦ ਕਰ ਸਕਦੇ ਹਾਂ ਉਹ ਤਾਂ ਹੁਣ ਪਰਿਵਾਰ ਨੂੰ ਪਿੱਛੇ ਉਹ ਤਾਂ ਜ਼ਰੂਰਤ ਹੀ ਆ, ਹੁਣ ਜਿਹੜਾ ਸਹਾਰਾ ਸੀ ਉਹ ਤਾਂ ਖਤਮ ਹੋ ਗਿਆ, ਹੁਣ ਵੱਧ ਤੋਂ ਵੱਧ ਜਿੰਨੀ ਮਦਦ ਹੋ ਸਕਦੀ ਉਹ ਸਰਕਾਰ ਵੱਲੋਂ ਕੀਤੀ ਜਾਵੇ, ਕਰਜ਼ਾ ਵੀ ਕਾਫੀ ਹੈ ਉਹ ਵੀ ਹੁਣ ਕਿਸੇ ਤਰ੍ਹਾਂ ਲਾਉਣਾ ਹੀ ਹੈ। ਕਿੰਨਾ ਕੁ ਹੈਗਾ ਜੀ? 7-8 ਲੱਖ ਦੇ ਤਕਰੀਬ ਕਰਜ਼ਾ ਚੁੱਕ ਗਿਆ ਸੀ। ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਗਿਆ ਸੀ। ਕਿਹੜੇ ਵੀਜ਼ੇ 'ਤੇ ਗਿਆ ਸੀ? ਵਰਕ ਪਰਮਿਟ 'ਤੇ ਗਿਆ ਸੀ ਉੱਥੇ।